ਪ੍ਰੋਗਰਾਮ ਫੇਸ ਟੂ ਫੇਸ ਲੈ ਕੇ ਅਸੀਂ ਹਾਜ਼ਰ ਹੋ ਗਏ ਜੀ। ਮੈਂ ਹਰਜੀਤ ਗਿੱਲ ਅਤੇ ਮੇਰੇ ਨਾਲ ਹਰ ਹਫ਼ਤੇ ਦੀ ਤਰ੍ਹਾਂ ਹੈਰੀ ਧਾਰੀਵਾਲ ਜੀ। ਅਸੀਂ ਗੱਲਬਾਤ ਕਰਾਂਗੇ ਜੀ ਕੁਝ ਇੱਥੋਂ ਦੇ ਲੋਕਲ ਮਸਲਿਆਂ 'ਤੇ, ਔਰ ਫਿਰ ਚੱਲਾਂਗੇ ਭਾਰਤ ਪੰਜਾਬ ਸਾਰੀਆਂ ਜਿਹੜੀਆਂ ਭਾਰਤ ਦੀਆਂ ਇੱਕ ਹਫ਼ਤੇ ਦੀਆਂ ਗਤੀਵਿਧੀਆਂ ਉਹਨਾਂ 'ਤੇ ਆਪਾਂ ਥੋੜ੍ਹੀ ਜਿਹੀ ਪਾਵਾਂਗੇ ਤੁਹਾਡੇ ਨਾਲ ਸਾਂਝ। ਸਭ ਤੋਂ ਪਹਿਲਾਂ ਹੀ ਸਵਾਗਤ ਕਰਦੇ ਹਾਂ ਧਾਰੀਵਾਲ ਸਾਹਿਬ, ਵੈਲਕਮ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਸ਼ੁਕਰੀਆ ਜੀ ਆਪਣੇ ਸਰੋਤਿਆਂ ਦੇ ਨਾਲ, ਦੇਖਣ ਵਾਲਿਆਂ ਦੇ ਨਾਲ। ਮੈਨੂੰ ਰੂਬਰੂ ਕਰਦਾ, ਸਾਰਿਆਂ ਨੂੰ ਬੜੇ ਪਿਆਰ ਨਾਲ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ, ਨਮਸਕਾਰ ਦੇ ਆਦਾਬ ਜੀ। ਧਾਰੀਵਾਲ ਸਾਹਿਬ, ਆਪਾਂ ਸ਼ੁਰੂ ਕਰੀਏ ਆਪਣੇ ਮੁਲਕ ਕੈਨੇਡਾ ਤੋਂ। ਪਿਛਲੇ ਜਦੋਂ ਆਪਾਂ ਹਫ਼ਤੇ ਬਾਅਦ ਮਿਲੇ ਹਾਂ, ਦੋ ਤਿੰਨ ਵੱਡੀਆਂ ਘਟਨਾਵਾਂ ਹੋਈਆਂ। ਇੱਕ ਘਟਨਾ ਤਾਂ ਵੱਡੀ ਜਿਹੜੀ ਹੈ ਜੀ, ਉਹ ਫੀਦਲ ਕਾਸਟਰੋ ਦਾ ਜਾਣ ਦੀ। ਦੁਨੀਆ ਭਰ ਵਿੱਚ ਉਸ ਵਿਅਕਤੀ ਨੂੰ ਕਾਫੀ ਮਾਣ ਸਤਿਕਾਰ ਦਿੱਤਾ ਗਿਆ, ਖਾਸ ਕਰਕੇ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੀਆਂ ਉਹਨਾਂ ਨੇ ਉਹਨਾਂ ਦੀਆਂ ਕੰਟਰੀਬਿਊਸ਼ਨ ਸੀਗੀਆਂ ਆਪਣੇ ਸਮਾਜ ਪ੍ਰਤੀ। ਹਾਲਾਂ ਕੁਝ ਲੋਕਾਂ ਦਾ ਖਿਆਲ ਹੈ ਕਿ 60-70 ਸਾਲ ਉਹਨਾਂ ਨੇ ਡਿਕਟੇਟਰਸ਼ਿਪ ਕਰਨ ਤੋਂ ਬਾਅਦ ਵੀ ਕਿਊਬਾ ਦੇ ਆਮ ਜਨ ਸਧਾਰਨ ਦਾ ਕੋਈ ਜ਼ਿਆਦਾ ਭਲਾ ਨਹੀਂ ਹੋਇਆ, ਗਰੀਬੀ ਤੋਂ ਉੱਪਰ ਨਹੀਂ ਉੱਠ ਸਕੇ। ਪਰ ਜਿਸ ਤਰੀਕੇ ਨਾਲ ਉਹਨਾਂ ਨੇ ਜ਼ਿੰਦਗੀ ਜੀ, ਸਾਰੀ ਸ਼ਾਨ ਦੇ ਨਾਲ ਸਿਰ ਉੱਚਾ ਕਰਕੇ ਕਿੱਡੀ ਵੱਡੀ ਤਾਕਤ ਦੇ ਸਾਹਮਣੇ ਖੜ੍ਹੇ ਹੋ ਕੇ, ਉਹਨਾਂ ਨੂੰ ਲੋਕ ਫਿਰ ਵੀ ਸਲਾਮ ਕਰ ਰਹੇ ਆ। ਬਹੁਤ ਸਾਰੀਆਂ ਉਹਨਾਂ ਦੇ ਪ੍ਰਤੀ ਸੰਵੇਦਨਾ ਭਰੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਜਿਹੜਾ ਇਹ ਫੀਦਲ ਕਾਸਟਰੋ ਹਿਰਾਂ ਦਾ ਤੁਰ ਜਾਣਾ ਹੈ, ਇੱਕ ਜਿਹੜੀ ਕਿਉਂਕਿ ਕਮਿਊਨਿਜ਼ਮ ਦਾ ਲਗਭਗ ਆਖਰੀ ਹੀਰੋ ਨੂੰ ਕਹਿ ਸਕਦੇ ਹਾਂ, ਕਿਤੇ ਹੋਰ ਕੋਈ ਨਜ਼ਰ ਇਸ ਤਰ੍ਹਾਂ ਦਾ ਵਿਅਕਤੀ ਆ ਨਹੀਂ ਰਿਹਾ ਜਿਹਦੀ ਕੋਈ ਜ਼ਿੰਦਗੀ ਜਿਹੜੀ ਆ ਪੂਰੀ ਦੀ ਪੂਰੀ ਕਮਿਟਡ ਹੋਵੇ ਇਸ ਕਾਜ ਲਈ। ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਆਪਣਾ ਖਰਾਜੇ ਅਕੀਦਤ ਪੇਸ਼ ਕਰਦੇ ਹੋ ਜਾਣਦੇ ਹੋ? ਉਹਨਾਂ ਦਾ ਮੈਂ ਕਿਊਬਾ ਗਿਆ ਵੀ ਹੋਇਆ, ਮੈਂ ਕਈ ਵਾਰੀ ਗਿਆ ਹੋਇਆ। ਹਾਂਜੀ। ਸੋ ਜਿਹੜੇ ਉੱਥੋਂ ਦੇ ਜਿਹੜੇ ਲੋਕ ਵਿਚਾਰੇ ਨੇ, ਉਹ ਤੁਸੀਂ ਐਂ ਤਾਂ ਕਹਿ ਨਹੀਂ ਸਕਦੇ ਵੀ ਚਲੋ ਵੀ ਉਹ ਆਪਣੇ ਆਪ ਨੂੰ ਫਰੀ ਮਹਿਸੂਸ ਕਰ ਸਕਦੇ ਆ, ਬੋਲ ਨਹੀਂ ਸਕਦੇ ਵਿਚਾਰੇ, ਅਤੇ ਗਰੀਬੀ ਦੇ ਪੱਖੋਂ ਬੜਾ ਉਹਨਾਂ ਦਾ ਬੁਰਾ ਹਾਲ ਹੈ। ਸੋ ਉਹਨਾਂ ਪੱਖਾਂ ਤੋਂ ਠੀਕ ਹੈ, ਉਹਨਾਂ ਨੇ ਜਿਹੜਾ ਹੈਗਾ ਉਹ ਮੇਰਾ ਖਿਆਲ ਵੀ ਸੁਸਾਇਟੀ ਵਾਸਤੇ ਮੈਂ ਤਾਂ ਨਹੀਂ ਕਹਿ ਸਕਦਾ ਵੀ ਬਹੁਤ ਵਧੀਆ ਕੀਤਾ, ਜਿਹੜਾ ਆਪਣੀ ਜਿਹੜੀ ਉਹਨਾਂ ਨੇ ਜਿਹੜੀ ਹੈਗੀ ਆ ਭੂਮਿਕਾ ਆਪਣੇ ਕਹਿ ਕੇ ਜਿਹੜੇ ਹਿਸਾਬ ਦੇ ਨਾਲ ਉਹਨਾਂ ਦੀ ਸੋਚ ਸੀਗੀ, ਉਸ ਹਿਸਾਬ ਦੇ ਨਾਲ ਉਹਨਾਂ ਨੇ ਆਪਣੇ ਆਪ ਦੇ ਵਿੱਚ ਤਾਂ ਬੜੇ ਉਹ ਕਾਮਯਾਬ ਰਹੇ ਨੇ। ਅਤੇ USA ਦੇ ਨਾਲ ਤੁਸੀਂ ਇੰਨੀ ਦੇਰ ਪੰਗਾ ਲੈ ਕੇ ਆਪਣਾ ਜਿਹੜਾ ਰਾਜ ਨੂੰ ਬਰਕਰਾਰ ਰੱਖਣਾ, ਜੋ ਉਸ ਹਿਸਾਬ ਨਾਲ ਦੇਖਿਆ ਜਾਵੇ ਠੀਕ ਹੈ, ਪਰ ਜਿਹੜੇ ਹਿਊਮਨ ਰਾਈਟਸ ਦੀ ਇਹ ਚੀਜ਼ਾਂ ਨੇ, ਕਿਸੇ ਨੂੰ ਉਹਨਾਂ ਨੇ ਜਿਹੜੇ ਗੇ ਅਤੇ ਲੈਸਬੀਅਨ ਹੈ ਹੋਵੇ ਉਹਨਾਂ ਦਾ ਬਹੁਤ ਉਹਨਾਂ ਬੁਰਾ ਹਾਲ ਸੀਗਾ, ਅਤੇ ਉਹਨਾਂ ਨੂੰ ਕਾਫੀ ਉਹਨਾਂ ਨੇ ਤਸੀਹੇ ਵੀ ਦਿੱਤੇ, ਜਾਂ ਜਿਹੜਾ ਕੋਈ ਬੰਦਾ ਬੋਲਦਾ ਸੀਗਾ ਉਹਨਾਂ ਨੂੰ ਵੀ ਚੱਕ ਕੇ ਉਹਨਾਂ ਨੇ ਅੰਦਰ ਕੀਤਾ। ਈਵਨ ਆਪਣੀ ਜਿਹੜੀ ਉਹਨਾਂ ਦੀ ਸਿਸਟਰ ਸੀਗੀ ਇੱਥੇ, ਉਹਦੀ ਵੀ ਇੰਟਰਵਿਊ ਸੀਗੀ ਉਹਨਾਂ ਦੇ ਬਾਅਦ, ਪਰ ਇਹ ਵੀ ਆਪਣੇ ਟਰੂਡੋ ਸਾਹਿਬ ਨੇ ਉਹਨਾਂ ਦਾ ਦਿੱਤਾ ਸੀ ਬਿਆਨ ਥੋੜ੍ਹਾ ਜਿਹਾ ਕੰਪੈਸ਼ਨੇਟ ਹੋ ਕੇ, ਅਤੇ ਕਿਉਂਕਿ ਉਹਨਾਂ ਦਾ ਆਪਣਾ ਪਰਸਨਲ ਉਹਨਾਂ ਦੇ ਨਾਲ ਰਿਲੇਸ਼ਨ ਸੀਗਾ, ਅਤੇ ਉਹ ਕਾਫੀ ਅਪੋਜੀਸ਼ਨ ਦੇ ਵਿੱਚ ਵੀ ਉਹਦਾ ਕਾਫੀ ਰੌਲਾ ਪਿਆ ਵੀ, ਕਿਉਂਕਿ ਜਿਹੜਾ ਇੱਕ ਡੈਮੋਕ੍ਰੈਟਿਕ ਕੰਟਰੀ ਹੈ, ਜਦੋਂ ਤੁਸੀਂ ਪ੍ਰਾਈਮ ਮਿਨਿਸਟਰ ਤੁਸੀਂ ਬਣ ਜਾਂਦੇ ਹੋ, ਫਿਰ ਤੁਸੀਂ ਤੁਹਾਨੂੰ ਥੋੜ੍ਹਾ ਜਿਹਾ ਆਪਣੇ ਬਿਆਨ ਦੇਣ ਲੋਕੇ, ਤੁਹਾਨੂੰ ਪੀਪਲ ਐਕਸਪੈਕਟ ਕਰਦੇ ਨੇ ਵੀ ਤੁਹਾਡੇ ਜਿਹੜੀ ਆਪਣੇ ਮੁਲਕ ਦਾ ਜਿਹੜਾ ਵਾਤਾਵਰਨ ਹੈ, ਜਿਹੇ ਜਿਹੀ ਉੱਥੇ ਫਰੀਡਮ ਹੈ ਜਾਂ ਕਿਵੇਂ ਆ, ਤੁਹਾਡੇ ਬਿਆਨਾਂ ਵਿੱਚੋਂ ਝਲਕਣੀ ਚਾਹੀਦੀ ਹੈ ਇਹੋ ਜਿਹੀ ਚੀਜ਼ ਨੂੰ ਉਸਤਤ ਕਰਨੀ ਚਾਹੀਦੀ ਹੈ। ਜਿੱਥੇ ਇਸ ਚੀਜ਼ ਨੂੰ ਨਹੀਂ ਬਰਕਰਾਰ ਰੱਖਿਆ ਜਾਂਦਾ, ਉੱਥੇ ਉਹਦੇ 'ਚ ਉਹਦੀ ਮਾੜੀ ਮੋਟੀ ਜੀ ਨਿੰਦਾ ਕਰਨੀ ਵੀ ਬਣਦੀ ਹੈ, ਪਰ ਅਦਰਵਾਈਜ਼ ਇਨਸਾਨ ਤਾਂ ਇੱਕ ਇਨਸਾਨ ਹੈ, ਉਹਦੀ ਆਪਣੇ ਪਰਸਨਲ ਕਿਸੇ ਨਾਲ ਕੋਈ ਰਿਲੇਸ਼ਨ ਹੋਣਗੇ ਉਹ ਗੱਲ ਵੱਖਰੀ ਹੈ, ਅਤੇ ਪਰ ਮੈਂ ਇਸ ਨੂੰ ਇਹ ਦੇਖਦਾ ਵੀ ਠੀਕ ਹੈ ਉਹਦੇ ਵਿੱਚ ਉਹਨਾਂ ਦਾ ਆਪਣਾ ਪਰਸਨਲ ਲੈਵਲ 'ਤੇ ਤਾਂ ਠੀਕ ਹੈ, ਉਹਨਾਂ ਨੇ ਇੰਨੀ ਦੇਰ ਉੱਥੇ ਰਾਜ ਕੀਤਾ, ਅਤੇ ਪਰ ਲੋਕਾਂ ਦੇ ਵੱਲੋਂ ਜੇ ਦੇਖੀਏ ਤਾਂ ਉੱਥੇ ਕਾਫੀ ਬੁਰਾ ਹਾਲ ਹੈ, ਕਿਉਂਕਿ ਵੈਸੇ ਧਾਰੀਵਾਲ ਸਾਹਿਬ ਓਵਰਆਲ ਜਿੱਦਾਂ ਸਮਾਜਵਾਦੀ ਵਿਵਸਥਾ ਵਰਸਸ ਪੂੰਜੀਵਾਦ ਦੀ ਜਦੋਂ ਆਪਾਂ ਗੱਲ ਕਰਨੀ ਸ਼ੁਰੂ ਕਰਦੇ ਹਾਂ, ਜਿਹੜੀਆਂ ਮਾਰਕਸਿਜ਼ਮ ਦੀਆਂ ਬੇਸਿਕ ਚੀਜ਼ਾਂ ਸੀਗੀਆਂ ਜਿਨ੍ਹਾਂ ਨੂੰ ਲੈ ਕੇ ਕਿ ਆਮ ਲੋਕਾਂ ਤੱਕ ਜਿਹੜਾ ਇਹ ਰਾਜ ਭਾਗ ਦਾ ਸੋਖਿਆ ਵੰਡਿਆ ਜਾਣਾ ਚਾਹੀਦਾ, ਪੈਸੇ ਦੀ ਸਮਾਨਤਾ ਹੋਣੀ ਚਾਹੀਦੀ ਆ, ਕੰਮਾਂ ਕਾਜਾਂ 'ਚ ਸਾਰਿਆਂ ਨੂੰ ਬਰਾਬਰਤਾ ਹੋਣੀ ਚਾਹੀਦੀ ਆ, ਉਹਦੇ ਉੱਤੇ ਮੈਨੂੰ ਲੱਗਦਾ ਕਿ ਦੁਨੀਆ ਭਰ ਦੇ ਜਿੰਨੇ ਵੀ ਕਮਿਊਨਿਸਟ ਆਗੂ ਨੇ, ਲੈਲਨ ਤੋਂ ਬਾਅਦ ਸ਼ਾਇਦ ਮਾਓਜ਼ੇ ਤੁੰਗ ਦੀ ਗੱਲ ਕਰ ਲਈਏ, ਜਾਂ ਵਿਤਨਾਮ ਦੇ ਰਾਂ ਦੇ ਜਿਹੜੇ ਹੋਏ ਨੇ ਉਹਨਾਂ ਦੀ ਗੱਲ ਕਰ ਲਈਏ, ਜਾਂ ਇਹਨਾਂ ਦੀ ਗੱਲ ਕਰ ਲਈਏ ਆਪਣੇ ਫੀਦਲ ਕਾਸਟਰੋ ਦੀ, ਉੱਥੇ ਲੱਗਦਾ ਹੈ ਕਿ ਉਹ ਸਿਧਾਂਤ 'ਤੇ ਪਹਿਰਾ ਨਹੀਂ ਦੇ ਸਕੇ, ਜਿਹਦਾ ਕਰਕੇ ਲੋਕਾਂ ਦਾ ਵੀ ਕੋਈ ਬਹੁਤਾ ਭਲਾ ਨਹੀਂ ਹੋ ਸਕਿਆ। ਦੂਜੇ ਪਾਸੇ ਜਿਹੜਾ ਪੂੰਜੀਵਾਦੀ ਸਿਸਟਮ ਆ, ਉਹਨਾਂ ਦੇ ਵੀ ਉਹਨਾਂ ਨੂੰ ਢਾਲ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਜਿੱਦਾਂ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਉਸ ਵਿਅਕਤੀ ਦੇ ਪ੍ਰਤੀ ਜਿਸ ਤਰ੍ਹਾਂ CNN ਨੇ ਲਗਾਤਾਰ ਉਹਦੇ ਵਿਰੋਧ 'ਚ ਗੱਲਾਂ ਕੀਤੀਆਂ ਕਿਸੇ ਤੁਰ ਜਾਣ ਤੋਂ ਬਾਅਦ ਵੀ। ਵੈਸੇ ਆਮ ਤੌਰ 'ਤੇ ਕਿਹਾ ਇਹ ਜਾਂਦਾ ਹੈ ਕਿ ਜਦੋਂ ਕੋਈ ਵੱਡਾ ਵਿਅਕਤੀ ਜਾਂਦਾ ਜਾਂ ਛੋਟਾ ਵਿਅਕਤੀ ਵੀ, ਉਸ ਤੋਂ ਬਾਅਦ ਉਹਦਾ ਉੱਤੇ ਕ੍ਰਿਟੀਸਿਜ਼ਮ ਘੱਟ ਹੁੰਦਾ ਅਤੇ ਉਹਦੇ ਨਾਲ ਥੋੜ੍ਹੀ ਜਿਹੀ ਸੰਵੇਦਨਾ ਜ਼ਰੂਰ ਹੁੰਦੀ ਹੈ ਕਿ ਇੱਕ ਵਿਅਕਤੀ ਨੇ ਇੰਨਾ ਲੰਬਾ ਸਮਾਂ ਪਬਲਿਕ ਲਾਈਫ 'ਚ ਕੰਮ ਕੀਤਾ। ਪਰ ਜਿਸ ਤਰੀਕੇ ਦਾ ਐਟੀਟਿਊਡ ਜਿਹੜਾ ਵੈਸਟਰਨ ਮੀਡੀਆ ਆ ਉਹਦਾ ਵੀ ਨਜ਼ਰ ਆਇਆ, ਅਤੇ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਆਮ ਲੋਕਾਂ ਦਾ ਕੈਨੇਡਾ ਦਾ, ਮੇਰੇ ਖਿਆਲ ਇਹੋ ਜਿਹੀ ਗੱਲ ਨਹੀਂ ਹੋਗੀ,
ਪੋਲੀਟੀਕਲ ਮੂਵਮੈਂਟ ਜਿਹੜੀ ਆ ਉਹ ਜ਼ਰੂਰ ਮੇਰੇ ਖਿਆਲ ਕੈਨੇਡਾ ਵਾਲੇ ਰੂਟ ਜਿਹੜੇ ਉੱਥੇ ਜਾਂਦੇ ਨੇ ਜਾਂ ਦੇਖੋ ਤੁਸੀਂ ਉੱਥੇ ਬੜਾ ਤੁਸੀਂ ਜਾਂਦੇ ਹੋ ਉੱਥੇ ਮੇਰੇ ਖਿਆਲ ਸਭ ਤੋਂ ਜ਼ਿਆਦਾ ਜਿਹੜੀਆਂ ਸਸਤੀਆਂ ਛੁੱਟੀਆਂ ਨੇ ਉੱਥੋਂ ਦੀਆਂ ਨੇ ਮੇਰਾ ਖਿਆਲ ਮੈਂ ਜਦੋਂ ਉੱਥੇ ਦੋ ਤਿੰਨ ਵਾਰੀ ਗਿਆ ਹੈਗਾ ਤਾਂ ਮੋਂਟਰੀਅਲ ਤੋਂ ਨੋਰਮਲੀ ਬੰਦੇ ਜਿਹੜੇ ਕਿ $40 ਪਰ ਡੇ ਤੁਸੀਂ ਉੱਥੇ ਰਹਿੰਦੇ ਹੋ ਤੁਸੀਂ ਸਾਰਾ ਮਹੀਨਾ ਰਹੋ ਤੁਹਾਡਾ ਉੱਥੇ $1200 ਲੱਗਦਾ ਇੱਥੇ ਐਕਚੁਅਲੀ ਉਦੋਂ ਵੀ ਜ਼ਿਆਦਾ ਐਕਸਪੈਂਸਿਵ ਪੈਂਦਾ ਇਹ ਤਾਂ ਆਪਣੇ ਮੈਂ ਤਾਂ ਆਪਣੀ ਫੈਸਿਲਿਟੀ ਨਾਲ ਦੇਖਣਾ ਆਪਣੇ ਯੂਜ਼ ਨਾਲ ਦੇਖਦਾ ਫਿਰ ਤਾਂ ਠੀਕ ਹੈ ਪਰ ਜੋ ਤੁਸੀਂ ਇੱਕ ਹਿਊਮਨ ਮਾਈਂਡ ਹੈ ਜਿਹੜਾ ਨਾ ਦੇਖੋ ਈਵਨ ਤੁਸੀਂ ਫੈਮਿਲੀ ਹੈ ਫੈਮਿਲੀ ਤੁਹਾਡੇ ਚਾਰ ਬੱਚੇ ਨੇ ਚਾਰਾਂ ਬੱਚਿਆਂ ਨੂੰ ਕਹੋ ਇਹ ਡਜ਼ਨਟ ਮੈਟਰ ਇੱਕ ਬੰਦਾ 2 ਲੱਖ ਬਣਾਉਂਦਾ ਇੱਕ ਬੰਦਾ 50,000 ਬਣਾਉਂਦਾ ਜਿੰਨੇ ਮਰਜ਼ੀ ਬਣਾਇਆ ਤਾਂ ਸਾਰਿਆਂ ਨੂੰ ਅਸੀਂ ਇੱਕੋ ਹੀ ਦੇਣੇ ਹਨਾ ਉਹ ਇਹ ਹੋ ਨਹੀਂ ਸਕਦਾ ਹੁੰਦਾ ਕਿਉਂਕਿ ਜਿਹੜੇ ਵੀ ਸਿਸਟਮ ਦੇ ਵਿੱਚ ਜਦੋਂ ਜਿਹੜਾ ਇੱਕ ਮਿਹਨਤਕਸ਼ ਬੰਦਾ ਹੈਗਾ ਉਹਦੀ ਜਿਹੜੀ ਮਿਹਨਤ ਦਾ ਉਹਨੂੰ ਕੋਈ ਫਾਇਦਾ ਨਾ ਲੱਗੇ ਵੀ ਮੈਂ ਅੱਗੇ ਹੋਰ ਜਾ ਰਿਹਾ ਜਾਂ ਕਿਵੇਂ ਵੀ ਮੈਂ ਤਰੱਕੀ ਕਰ ਰਿਹਾ ਮੇਰੀ ਫਾਈਨੈਂਸ਼ੀਅਲੀ ਜਾਂ ਮੇਰੀ ਜਿਹੜੀ ਖਰੀਦਣ ਦੀ ਤਾਕਤ ਹੈ ਵੱਧਦੀ ਜਾ ਰਹੀ ਹੈ ਉਹ ਨਹੀਂ ਵੱਧਦੀ ਉਹ ਵੈਨ ਯੂ ਆਰ ਟਰਾਈਂਗ ਟੂ ਪਿਸ ਆਫ ਜਿਹੜੇ ਹਾਰਡ ਵਰਕਿੰਗ ਗੁੱਡ ਇੰਟੈਲੀਜੈਂਟ ਸਮਾਰਟ ਪੀਪਲ ਉਹ ਫਿਰ ਸੋਸਾਇਟੀ ਜਿਹੜੀ ਆ ਉਹ ਇੰਨੀ ਬਹੁਤੀ ਤਰੱਕੀ ਨਹੀਂ ਕਰ ਸਕਦੀ ਓਵਰਆਲ ਉੱਥੇ ਵੀ ਮੈਂ ਤਾਂ ਗਿਆ ਉੱਥੇ ਜਿੱਥੇ ਕੋਈ ਆਰਮੀ ਵਾਲਾ ਬੰਦਾ ਪਵੇ ਕਿਤੇ 5-star ਹੋਟਲ ਦੇ ਵਿੱਚ ਜਦੋਂ ਵਾਕ ਇਨ ਕਰਦਾ ਸੀ ਐਵਰੀਬਾਡੀ ਗਰਲਸ ਇਹ ਬਿਲਕੁਲ ਖੜੇ ਹੋ ਜਾਂਦੇ ਸੀਗੇ ਇੱਥੇ ਆਪਣੇ ਦੇਖ ਲਓ ਆਪਣੀ ਇੰਨੀ ਫਰੀਡਮ ਹੈ ਜਿਵੇਂ ਤੁਹਾਡੇ ਕੋਲ ਫਾਈਨੈਂਸ ਮਿਨਿਸਟਰ ਹੋਵੇ ਜਾਂ ਕੋਈ ਮਿਨਿਸਟਰ ਹੋਵੇ ਜਾਂ ਕੋਈ ਆਰਮੀ ਵਾਲਾ ਬੰਦਾ ਹੋਵੇ ਤੁਸੀਂ ਉਹਨੂੰ ਹੋਰ ਨਿਗਾਹ ਦੇਖਦੇ ਹੋ ਹੋਰ ਤਰੀਕੇ ਦੇਖਦੇ ਹੈ ਉਹ ਤਾਂ ਡਰਦੇ ਨੀਗੇ ਹੈ ਨਾ ਸੋ ਉਹ ਸੋਸਾਇਟੀ ਜਿਹੜੀ ਹੈ ਉਹ ਵਿਚਾਰੇ ਬੋਲਦੇ ਨਹੀਂ ਸੀ ਵਿਚਾਰੇ ਜਿਹੜੇ ਤੁਹਾਡੇ ਕਮਰੇ ਕਮਰੇ ਵੀ ਸਾਫ਼ ਸੁਫ਼ ਕਰਨ ਆਉਂਦੇ ਨੇ ਉਹ ਵੀ ਬੜੇ ਧਿਆਨ ਦੇ ਨਾਲ ਤੁਹਾਡੇ ਨਾਲ ਗੱਲ ਕਰਦੇ ਨੇ ਫਿਰ ਹੌਲੀ ਹੌਲੀ ਜਿਹੜੇ ਬੰਦੇ ਉੱਥੇ ਲਗਾਤਾਰ ਜਾਂਦੇ ਨੇ ਤੁਸੀਂ ਪਿੰਡਾਂ 'ਚ ਜਾਂਦੇ ਹੋ ਫਿਰ ਤੁਹਾਨੂੰ ਹੌਲੀ ਹੌਲੀ ਉਹ ਗੱਲਾਂ ਦੱਸਣ ਲੱਗਦੇ ਨੇ ਪਰ ਉਹ ਬਿਲਡਿੰਗਾਂ ਦੇ ਪਤਾ ਲੱਗਦਾ ਜਿਹੜੀਆਂ ਉਹਨਾਂ ਦੀਆਂ ਨਹੀਂ ਰਿਪੇਅਰ ਹੁੰਦੀਆਂ ਵੀ ਕਿਵੇਂ ਉਹਨਾਂ ਦਾ ਬੜੇ ਉਦਾਸ ਜਿਹਾ ਹੈਗਾ ਆਪਾਂ ਨੂੰ ਐਂਟੀਕ ਲੱਗਦਾ ਵੀ ਹਾਂ ਵੀ ਉੱਥੇ ਜੀ ਪੁਰਾਣੀਆਂ ਬਿਲਡਿੰਗਾਂ ਜੀ ਪੁਰਾਣੀਆਂ ਕਾਰਾਂ ਜੀ ਕਿਵੇਂ ਆ ਪਰ ਉਹਨਾਂ ਉਹ ਲੋਕ ਜਿਹੜੇ ਕਿ ਮਤਲਬ ਮੇਰੇ ਖਿਆਲ ਮਹੀਨੇ ਦੀ ਉਹਨਾਂ ਦੀ $10-15 ਡਾਲਰ ਉਹਨਾਂ ਦੀ ਇਨਕਮ ਹੈ ਅਤੇ ਉਸ ਹਿਸਾਬ ਨਾਲ ਉਹ ਉਸ ਪੱਖੋਂ ਮੇਰੇ ਖਿਆਲ ਵੀ ਸੋਸਾਇਟੀ ਉਹ ਬੜੀ ਵਧੀਆ ਕਾਮਯਾਬ ਹੋ ਸਕਦੀ ਸੀ ਬੜੇ ਮਿਹਨਤੀ ਬੰਦੇ ਨੇ ਬੜੇ ਵਧੀਆ ਨੇ ਜਦੋਂ ਇਹਨਾਂ ਨੇ ਇਹਨੂੰ ਟੇਕ ਓਵਰ ਕੀਤਾ ਉਸ ਵਕਤ ਉੱਥੇ ਕਾਫੀ ਮੇਰੇ ਖਿਆਲ ਸਾਰੇ ਆਪਣੇ ਜਿਹੜੇ ਸਾਊਥ ਅਮੈਰੀਕਾ ਦੇ ਸਾਰੇ ਕੰਟਰੀ ਨੇ ਉਹਨਾਂ ਵਿੱਚੋਂ ਉਹਨਾਂ ਦੀ 3 ਨੰਬਰ 'ਤੇ ਸੀਗੇ ਉਦੋਂ ਅਤੇ ਉਸ ਵਕਤ ਉਹਨਾਂ ਦਾ ਇਕਨੋਮਿਕਲੀ ਉਹਨਾਂ ਨੂੰ ਕਾਫੀ ਧੱਕਾ ਸਹਿਣਾ ਪਿਆ ਇਹਨਾਂ ਦੇ ਅਤੇ ਹੁਣ ਦੇਖੋ ਵੀ ਉਹਦੇ 'ਚ ਕੀ ਚੇਂਜਸ ਆਉਂਦੀਆਂ ਅਤੇ ਕਿਉਂਕਿ ਬਰਾਕ ਓਬਾਮਾ ਉਹਨਾਂ ਨੂੰ ਬੜਾ ਕੰਪੈਸ਼ਨੇਟ ਤਰੀਕੇ ਨਾਲ ਦੇਖਦਾ ਸੀਗਾ ਸੰਬੰਧ ਵਗੈਰਾ ਉਹਨਾਂ ਦੇ ਜ਼ਿਆਦਾ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰਦਾ ਸੀ ਆਈ ਥਿੰਕ ਜਿਹੜਾ ਟਰੰਪ ਆਉਣ ਦੇ ਨਾਲ ਦੇਖੋ ਕਿ ਕੀ ਚੇਂਜਸ ਆਉਂਦੀਆਂ ਨੇ ਅਤੇ ਕੀ ਨਹੀਂ ਆਉਂਦਾ ਅਤੇ ਟਰੰਪ ਵਿਲ ਪ੍ਰੋਬਬਲੀ ਆਸਕ ਦੈਮ ਟੂ ਆਲਸੋ ਚੇਂਜ ਯੂਰਪ ਨੇ ਪਿਛਲੇ ਸਮੇਂ 'ਚ ਕਾਫੀ ਚੀਜ਼ਾਂ ਜਿਹੜੀਆਂ ਨੇ ਥੋੜ੍ਹੀ ਉਦਾਰਵਾਦੀ ਨੀਤੀ ਜਿਸ ਤਰ੍ਹਾਂ ਆਪਾਂ ਹਾਲਾਂਕਿ ਆਪਾਂ ਸਮਝਦੇ ਹਾਂ ਕਿ ਯੂਰਪ ਜਿਹੜਾ ਆ ਉਹ ਡੈਮੋਕ੍ਰੇਟਿਕ ਵਿਵਸਥਾ ਜੇ ਦੂਜੇ ਸ਼ਬਦਾਂ 'ਚ ਕਹਿ ਲਈਏ ਡੈਮੋਕ੍ਰੇਸੀ ਦੇ ਨਾਂ ਥੱਲੇ ਜਿਹੜੀ ਸਰਮਾਏਦਾਰ ਵਿਵਸਥਾ ਆ ਉਹਦਾ ਲੰਬੜਦਾਰ ਰਿਹਾ ਉਸ ਤੋਂ ਬਾਅਦ ਆਪਾਂ ਵੈਸਟ ਵਾਲੇ ਕੰਟਰੀ ਆਉਂਦੇ ਹਾਂ ਖਾਸ ਕਰਕੇ ਨੌਰਥ ਅਮੈਰੀਕਨ ਵਗੈਰਾ ਕੰਟਰੀ ਭਾਵੇਂ ਹੁਣ ਇਸ ਵੇਲੇ ਸੈਂਟਰਲ ਤਾਕਤ ਅਮੈਰੀਕਾ ਹੈ ਉਸ ਤੋਂ ਪਹਿਲਾਂ ਕਦੀ ਬ੍ਰਿਟਨ ਵੀ ਰਿਹਾ ਪਰ ਸਭ ਤੋਂ ਪਹਿਲਾਂ ਬ੍ਰਿਟਨ ਜਰਮਨ ਫਰਾਂਸ ਉਹਨਾਂ ਮੁਲਕਾਂ ਨੇ ਜਿਹੜੀ ਸਮਾਜਵਾਦ ਦੀਆਂ ਬੇਸਿਕ ਚੀਜ਼ਾਂ ਸੀ ਕੁਝ ਕਿ ਆਮ ਲੋਕਾਂ ਤੱਕ ਜਿਸ ਤਰ੍ਹਾਂ ਹੁਣ ਆਪਾਂ ਕਹਿ ਲਈਏ ਕਿ ਹੈਲਥ ਫਰੀ ਕਰਨੀ ਐਜੂਕੇਸ਼ਨ ਫਰੀ ਕਰਨੀ ਜਾਂ ਫਿਰ ਜਿਹੜੀ ਜਿਸ ਤਰ੍ਹਾਂ ਦੇ ਆਪਾਂ ਲੇਟ ਆਫ ਹੁੰਦੇ ਹਾਂ ਇੱਥੇ ਜਾਂ ਫਿਰ ਜਿਹੜੀ ਕਿਸੇ ਕੋਲ ਕੰਮ ਨਹੀਂ ਹੈਗਾ ਅਤੇ ਉਹਨੂੰ ਸੋਸ਼ਲ ਸਿਕਿਉਰਿਟੀ ਦੇਣੀ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਉਹ ਸਮਾਜਵਾਦ ਤੋਂ ਹੀ ਬਾਹਰੋਂ ਕਰਕੇ 'ਚ ਆਈਆਂ ਹੋਈਆਂ ਨੇ ਅਤੇ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਇਹ ਵਿਵਸਥਾ ਆ ਇਹਦੇ ਵਿੱਚ ਵੀ ਮਨੁੱਖ ਦਾ ਜੀਣਾ ਇੰਨਾ ਸਹਿਲ ਸੌਖਾ ਨਹੀਂ ਰਹਿ ਗਿਆ ਮਸ਼ੀਨ ਬਣ ਗਿਆ ਬੰਦਾ ਸੁਬਹਾ ਸ਼ਾਮ ਠੀਕ ਆ ਫਰੀਡਮ ਆਫ ਸਪੀਚ ਤਾਂ ਹੈਗੀ ਆ ਗੱਲ ਕਰ ਸਕਦੇ ਹਾਂ ਆਪਾਂ ਗੱਲ ਕਰ ਵੀ ਰਹੇ ਹਾਂ ਪਰ ਜਿਹੜੀ ਬੰਦੇ ਦੀ ਮਾਨਸਿਕਤਾ ਆ ਸਵੇਰ ਤੋਂ ਸ਼ਾਮ ਤੱਕ ਮਸ਼ੀਨ ਦੀ ਤਰ੍ਹਾਂ ਦੌੜ ਭੱਜ ਔਰ ਉਹਦਾ ਬਾਕੀ ਜਿਹੜਾ ਦੇਖੋ ਤੁਸੀਂ ਆਪਾਂ ਹੁਣ ਇਸ ਸੋਸਾਇਟੀ ਦੇ ਵਿੱਚ ਆਪਾਂ ਰਹਿੰਦੇ ਹਾਂ ਜੇ ਜਿਹੜੀਆਂ ਤੁਹਾਨੂੰ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਨੇ ਤੁਹਾਡੀ ਐਜੂਕੇਸ਼ਨ ਹੈ ਤੁਸੀਂ ਮਾੜਾ ਮੋਟਾ ਜਿਹੜਾ ਆਪਣਾ ਘਰ ਲੈਣਾ ਹੈਗਾ ਰਹਿਣ ਵਾਸਤੇ ਕਿਵੇਂ ਉਹ ਐਡਾ ਕੁਝ ਜ਼ਿਆਦਾ ਔਖਾ ਨਹੀਂ ਹੈ ਪਰ ਜਦੋਂ ਇਹ ਵੀ ਤੁਸੀਂ ਆਪਣੀ ਇੱਕ ਸ਼ਮਤਾ ਨਾਲੋਂ ਥੋੜ੍ਹਾ ਜਿਹਾ ਇਨਸਾਨ ਕੁਦਰਤੀ ਹੈ ਵੀ ਉਹਦੇ ਨਾਲੋਂ ਜ਼ਿਆਦਾ ਤੇਜ਼ ਹੋਣ ਦੀ ਕੋਸ਼ਿਸ਼ ਕਰਦਾ ਜਾਂ ਉਹਦੇ ਨਾਲੋਂ ਵੱਡੀ ਚੀਜ਼ ਲੈਣ ਦੀ ਕੋਸ਼ਿਸ਼ ਕਰਦਾ ਉਹ ਜਿਹੜੀ ਖਿੱਚ ਹੈ ਜਿਹੜੀ ਉਹ ਜਿਹੜਾ ਤਣਾਅ ਹੈਗਾ ਉਹ ਐਕਚੁਲੀ ਜਿੰਨਾ ਤੁਸੀਂ ਹਾਸਲ ਕਰ ਸਕਦੇ ਹੋ ਆਪਣੀ ਨੋਰਮਲ ਸਪੀਡ ਦੇ ਨਾਲ ਜਿੰਨਾ ਕਰਨਾ ਚਾਹੁੰਦੇ ਹੋ ਉਹ ਜਿਹੜਾ ਗੈਪ ਹੈ ਉਹ ਉਹਦੇ ਕਰਕੇ ਹੈ ਅਦਰਵਾਈਜ਼ ਜਿਹੜਾ ਬੰਦਾ ਹੁਣ ਤੁਸੀਂ ਜੇ 55-60 ਸਾਲ ਆਪਣਾ ਕੰਮ ਕੀਤਾ ਹੈ ਤੁਹਾਨੂੰ 3-4 ਹਜ਼ਾਰ ਤੁਹਾਨੂੰ ਪੈਨਸ਼ਨ ਮਿਲਦੀ ਹੈ ਐਂਡ ਯੂ ਆਰ ਹੈਪੀ ਵਿਦ ਦਿਸ ਦੈਨ ਵਿਚ ਇਜ਼ ਫਾਈਨ ਪਰ ਜੇ ਤੁਸੀਂ ਕਹਿੰਦੇ ਨਹੀਂ ਮੇਰੇ ਕੋਲ ਫਲਾਣੇ ਨੇ 3 ਘਰ ਲੈ ਲਏ ਇਹਨਾਂ ਨੇ ਵੱਡਾ ਘਰ ਲੈ ਲਿਆ ਇਹਨਾਂ ਛੋਟਾ ਲੈ ਲਿਆ ਕਿਵੇਂ ਹੈ ਅਤੇ ਜੇ ਤੁਸੀਂ 65-65 ਸਾਲ ਦੀ ਉਮਰ ਦੇ ਵਿੱਚ ਆ ਕੇ $1 million ਦੀ ਮੁੜ ਕੇ ਲਈ ਜਾਣੀ ਹੈ ਉਹ ਫਿਰ ਮੇਰਾ ਖਿਆਲ ਉਹਦਾ ਕਸੂਰ ਜ਼ਿਆਦਾ ਆਪਣਾ ਲੋਕਾਂ ਦਾ ਆਪ ਜ਼ਿਆਦਾ ਕਸੂਰ ਹੈ ਅਤੇ ਅਦਰਵਾਈਜ਼ ਤਾਂ ਦੇਖੋ
ਜਿਹੜਾ ਬੰਦਾ ਜਿੰਨਾ ਕੰਮ ਕਰਦਾ ਉਹਨੂੰ ਇੱਥੇ ਰਿਵਾਰਡ ਮਿਲਦਾ, ਉਹ ਹੁਣ ਤੁਸੀਂ ਡਿਪੈਂਡ ਕਰਦਾ ਵੀ ਕਿੰਨਾ ਤੁਸੀਂ ਕੰਮ ਕਰਨਾ, ਕਿੰਨੀਆਂ ਜਿਹੜੀ ਮਟੀਰੀਅਲਿਸਟਿਕ ਚੀਜ਼ਾਂ ਹੈਗੀਆਂ ਆਸੇ ਪਾਸੇ ਉਹਨਾਂ ਦਾ ਤੁਸੀਂ ਕਿੰਨੇ ਅਟਰੈਕਟਿਵ ਹੋ, ਯਾਨੀ ਕਿੰਨਾ ਖਿਲਾਰਾ ਹੀ ਇੰਨਾ ਜੀ ਆਲੇ ਦੁਆਲੇ ਇੰਨਾ ਕੁਛ ਸਾਨੂੰ ਖਿੱਚ ਦਾ ਕੇਂਦਰ ਆ ਚੀਜ਼ਾਂ ਹਰ ਵਿਅਕਤੀ ਦਾ ਜਿਹੜਾ ਮਨ ਆ ਉਹ ਇਹਨਾਂ ਸੋਸਾਇਟੀ ਵਿੱਚ ਉਹਨਾਂ ਚੀਜ਼ਾਂ ਕਰਕੇ ਜ਼ਿਆਦਾ ਹੈ, ਨਾ ਕਿ ਵੀ ਇਹ ਤੁਹਾਨੂੰ ਕੋਈ ਮਾਹੌਲ ਨਹੀਂ ਇਹੋ ਜਿਹਾ, ਕੋਈ ਇਹ ਸਿਸਟਮ ਨਹੀਂ ਐਸਾ ਤੁਹਾਨੂੰ ਕੋਈ ਪੁਸ਼ ਕਰਦਾ ਉਹ ਸੋਚਣ ਵਾਸਤੇ, ਉਹ ਇੱਕ ਆਪਣੀ ਤੁਹਾਡੀ ਜਿਹੜੀ ਆਪਣੀ ਹਿਊਮਨ ਰੇਸ ਆ ਇੱਕ ਦੂਜੇ ਨਾਲ ਲੱਗੀ ਹੋਈ ਹੈ, ਉਹ ਤੁਹਾਨੂੰ ਪੁਸ਼ ਕਰਦੀ ਹੈ। ਇਸ ਕਰਕੇ ਮੇਰਾ ਖਿਆਲ ਹੈ ਜੇ ਤੁਸੀਂ ਉਸ ਨੂੰ ਥੋੜ੍ਹਾ ਜਿਹਾ ਸਟੋਪ ਕਰ ਸਕਦੇ ਹੋ ਤਾਂ ਮੇਰਾ ਖਿਆਲ ਹੈ ਤੁਸੀਂ ਇਕੱਲਾ ਇਕੱਲਾ ਦਿਨ ਜਿਹੜੇ ਇੱਥੇ ਬਹੁਤ ਵਧੀਆ ਇੰਜੋਏ ਕਰ ਸਕਦੇ ਹੋ, ਕੰਮ ਵੀ ਕਰ ਸਕਦੇ ਹੋ, ਉਹਦਾ ਘਰੇ ਆ ਕੇ ਬਹਿ ਵੀ ਸਕਦੇ ਹੋ, ਫੈਮਿਲੀ ਨਾਲ ਵੀ ਸਕਦੇ ਹੋ, ਆਪਦੇ ਯਾਰਾਂ ਦੋਸਤਾਂ ਨਾਲ ਵੀ ਰਹਿ ਸਕਦੇ। ਧਾਰੀਵਾਲ ਸਾਹਿਬ ਇੱਕ ਥੋੜ੍ਹੀ ਜਿਹੀ ਆਪਾਂ ਇੱਥੇ ਹੋਰ ਵੀ ਗੱਲ ਕਰ ਲੈਂਦੇ ਹਾਂ, ਫਿਰ ਆਪਾਂ ਚੱਲਾਂਗੇ ਅਗਲੇ ਆਪਣਾ ਜਿਹੜੀ ਪਾਈਪਲਾਈਨ ਵਾਲੇ ਮੁੱਦੇ 'ਤੇ ਥੋੜ੍ਹੀ ਜਿਹੀ ਵੀ ਗੱਲ ਕਰਾਂਗੇ। ਇੱਕ ਮੈਂ ਘੱਟੋ ਘੱਟ ਮਹਿਸੂਸ ਕਰਦਾ ਜਾਂ ਸੋਸਾਇਟੀ 'ਚ ਹੋਰ ਵੀ ਬਹੁਤ ਸਾਰੇ ਲੋਕਾਂ ਨਾਲ ਜਾਂ ਵਿਚਰਦੇ, ਕਿਤੇ ਨਾ ਕਿਤੇ ਇਸ ਸੋਸਾਇਟੀ 'ਚ ਵੀ ਥੋੜ੍ਹੀ ਜਿਹੀ ਅਨਰੈਸਟ ਤਾਂ ਜ਼ਰੂਰ ਹੈਗੀ। ਆਪਾਂ ਜੋ ਮਰਜ਼ੀ ਕਹੀਏ ਵੀ ਸਾਨੂੰ ਕੰਮ ਕਰਦੇ ਹਾਂ ਅਤੇ ਉਹਦੇ ਰਿਵਾਰਡ ਮਿਲਦਾ ਵਾ, ਆਪਣੀ ਜ਼ਿੰਦਗੀ ਸੌਖੀ ਜੀਨੇ ਆ ਕਰਦੇ ਹਾਂ, ਕਿਤੇ ਨਾ ਕਿਤੇ ਅਨਰੈਸਟ ਜਿਹੜੀ ਆ ਹੈਗੀ ਆ ਉਹ ਕਦੀ ਨਾ ਕਦੀ ਸਾਹਮਣੇ ਆਉਂਦੀ ਰਹਿੰਦੀ ਆ। ਪਿੱਛੇ ਜੇ ਉਹ ਇੱਕ ਮੂਵਮੈਂਟ ਉੱਠੀ ਸੀ ਤੁਹਾਨੂੰ ਯਾਦ ਹੋਣਾ, ਆਕੂਪਾਏ ਜਿਹੜਾ ਵਾਲ ਕੀ ਇਸ ਤਰ੍ਹਾਂ ਦੀ ਕੋਈ ਉੱਠੀ ਸੀ, ਲੀਡਰਸ਼ਿਪ ਨਾ ਹੋਣ ਕਰਕੇ ਉਹ ਨਹੀਂ ਉੱਠ ਸਕੀ। ਹੁਣ ਦੁਨੀਆ ਭਰ ਵਿੱਚ ਜਿਹੜੇ ਇਸ ਸਿਸਟਮ ਦੇ ਵਿਦਵਾਨ ਨੇ ਜਾਂ ਜਿਹੜੇ ਚਿੰਤਕ ਨੇ ਇਹਨੂੰ ਹੋਰ ਲੰਬਾ ਖਿੱਚਣ ਲਈ ਉਹ ਕੋਸ਼ਿਸ਼ ਕਰ ਰਹੇ ਨੇ ਕਿ ਇੱਕ ਬੇਸਿਕ ਸੈਲਰੀ ਹਰ ਵਿਅਕਤੀ ਨੂੰ ਮਿਲੇ। ਸ਼ਾਇਦ ਤੁਸੀਂ ਇਹਦੇ ਬਾਰੇ ਪਤਾ ਨਹੀਂ ਪੜ੍ਹਿਆ ਜਾਂ ਨਹੀਂ ਪੜ੍ਹਿਆ, ਜਿਹੜੀ ਸਵਿਟਜ਼ਰਲੈਂਡ ਦੀ ਪਾਰਲੀਮੈਂਟ ਆ ਉਹਦੇ ਵਿੱਚ 70% ਦੇ ਅੱਗੇ ਵੀ ਆਪਾਂ ਸ਼ਾਇਦ ਗੱਲ ਕੀਤੀ ਇੱਥੇ, ਉਹ ਉੱਥੇ ਰੱਦ ਹੋ ਗਈ ਆ ਵੀ ਇਸ ਤਰ੍ਹਾਂ ਵਿਅਕਤੀ ਢਿੱਲੇ ਪੈ ਜਾਣਗੇ। ਪਰ ਕਈ ਥਾਂ ਦੇ ਉੱਤੇ ਈਵਨ ਅਮੈਰੀਕਾ ਵਿੱਚ ਵੀ ਇੱਕ 100 ਫੈਮਿਲੀ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਅਤੇ ਉਹਨਾਂ ਨੇ ਇੱਕ ਮਾਡਲ ਬਣਾਇਆ ਅਤੇ ਉਹਦੇ 'ਤੇ ਉਹ ਟਰਾਈ ਕਰ ਰਹੇ ਆ ਵੀ ਅੱਗੇ ਚੱਲ ਕੇ ਇਸ ਤਰ੍ਹਾਂ ਪਾਇਲਟ ਪ੍ਰੋਜੈਕਟ ਚੱਲ ਰਿਹਾ। ਅਤੇ ਕਦੀ ਨਾ ਕਦੀ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਵਿਚਾਰਧਾਰਾ ਸ਼ੁਰੂ ਹੋ ਗਈ ਆ ਕਿ ਹਰ ਵਿਅਕਤੀ ਜਿਹੜਾ ਧਰਤੀ 'ਤੇ ਆਇਆ ਉਹਨੂੰ ਜਿੰਦਾ ਰਹਿਣ ਦਾ ਹੱਕ ਹੈ ਅਤੇ ਉਹਦੀ ਜਿਹੜੀਆਂ ਬੇਸਿਕ ਲੋੜਾਂ ਉਹਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਅਤੇ ਉਹਦੇ ਲਈ ਜੇ ਕਿਸਮ ਦਾ ਇੰਨੀ ਆਪਾਂ ਟੈਕਸ ਤੋਂ ਪੈਸਾ ਇਕੱਠਾ ਹੁੰਦਾ, ਸਰਕਾਰਾਂ ਚੱਲਦੀਆਂ, ਇਹ ਸਿਸਟਮ ਚੱਲਦਾ ਹੈ, ਅਤੇ ਇਸ ਸਿਸਟਮ ਨੂੰ ਜਿੰਦਾ ਰੱਖਣ ਲਈ ਉਹਨਾਂ ਨੂੰ ਜਿੰਦਾ ਰੱਖਣਾ ਬਹੁਤ ਜ਼ਰੂਰੀ ਆ। ਬਿਲਕੁਲ, ਦੇਖੋ ਮੈਂ ਦੱਸਦਾ ਕੋਈ ਵੀ ਸਿਸਟਮ ਜਿਹੜਾ ਹੈਗਾ ਭਾਵੇਂ ਉਹ ਖੱਬੇ ਪੱਖੀ ਹੋਵੇ ਭਾਵੇਂ ਉਹ ਕੈਪੀਟਲਿਜ਼ਮ ਹੋਵੇ, ਜਦੋਂ ਉਹ ਐਕਸਟ੍ਰੀਮ ਦੋਨੇ ਸਿਸਟਮ ਹੈ ਉਹ ਕੀ ਕਰਦੇ ਨੇ, ਉਹ ਜਿਹੜੇ ਜਿਹਨਾਂ ਲੋਕਾਂ ਵਾਸਤੇ ਸਿਸਟਮ ਬਣਾਇਆ ਹੁੰਦਾ ਐਵਰੇਜ ਬੰਦਾ ਉਹਦਾ ਗਲ ਘੁੱਟਣ ਲੱਗ ਜਾਂਦੇ, ਭਾਵੇਂ ਉਹ ਖੱਬੇ ਵਾਲੇ ਹੋਣ ਭਾਵੇਂ ਸੱਜੇ ਵਾਲੇ ਹੋਣ, ਹੈ ਨਾ। ਸੋ ਜਿਹੜੇ ਸੱਜੇ ਵਾਲੇ ਵੀ ਨੇ ਜਿਹੜੇ ਹੁਣ ਜਿਹੜੀਆਂ ਵੱਡੀਆਂ ਕਾਰਪੋਰੇਸ਼ਨ ਨੇ ਜਦੋਂ ਉਹਨਾਂ ਦਾ ਅੱਖ ਹੀ ਇਕੱਲੀ ਪ੍ਰੋਫਿਟ 'ਤੇ ਹੋ ਜਾਂਦੀ ਹੈ ਅਤੇ ਉਹ ਫਿਰ ਜਿਹੜੇ ਵੇਜਸ ਨਹੀਂ ਉੱਤੇ ਆਉਣ ਦਿੰਦੇ ਜਾਂ ਕੋਈ ਹੋਰ ਚੀਜ਼ਾਂ ਜਿਹੜਾ ਉਹ ਜਿਹੜੇ ਮਨੁੱਖੀ ਅਧਿਕਾਰ ਜਿਹੜੇ ਆ ਉਹ ਦੂਜੇ ਤਰੀਕੇ ਦੇ ਨਾਲ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੜੇ ਕਲੈਂਡਰਸਟਾਈਨ ਤਰੀਕੇ ਦੇ ਨਾਲ ਬੜੇ ਮੀਸਣੇ ਤਰੀਕੇ ਦੇ ਨਾਲ ਡੁਕਵੇਂ ਤਰੀਕੇ ਦੇ ਨਾਲ ਉਹਨਾਂ ਨੂੰ ਹਰਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੋ ਇਸ ਕਰਕੇ ਆ ਇਹ ਤਾਂ ਹੀ ਜਿਹੜੀ ਡੈਮੋਕ੍ਰੈਟਿਕ ਜਿਹੜੀ ਸੋਸਾਇਟੀ ਹੈ ਉਹ ਇਹਦੇ ਵਾਸਤੇ ਜ਼ਰੂਰੀ ਹੈ ਨਾ। ਪਰ ਜਿਹੜੀ ਡੈਮੋਕ੍ਰੇਸੀ ਦੇ ਵਿੱਚ ਉਹ ਚੇਂਜ ਲਿਆਂਦੀ ਜਾ ਸਕਦੀ ਹੈ ਕਿਉਂਕਿ ਲੋਕਾਂ ਕੋਲ ਵੋਟ ਦਾ ਅਧਿਕਾਰ ਆ ਜੇ ਕਿਵੇਂ ਹੈ, ਪਰ ਜਿਹੜਾ ਖੱਬੇ ਪੱਖੀ ਜਿਹੜਾ ਹੈਗਾ ਉਹਦੇ ਵਿੱਚ ਉਹ ਚੇਂਜ ਲਿਆਉਣੀ ਬਹੁਤ ਮੁਸ਼ਕਲ ਹੈ ਕਿਉਂਕਿ ਇੱਕ ਤਾਂ ਉਹ ਚੇਂਜ ਜਿਹੜੇ ਲੋਕ ਫਾਈਨੈਂਸ਼ੀਅਲੀ ਪ੍ਰੋਸਪੈਰਿਟੀ ਇੱਕ ਹੋਰ ਚੀਜ਼ ਆ, ਪਰ ਜਿਹੜੀ ਆਪਣੇ ਮਾਈਂਡ ਦੀ ਉਹਨਾਂ ਦੀ ਜਿਹੜੀ ਪ੍ਰੋਸਪੈਰਿਟੀ ਵੀ ਨਹੀਂ ਹੁੰਦੀ ਇੰਨੀ ਜ਼ਿਆਦਾ, ਉੱਥੇ ਦੱਸੋ ਜੈਨੀ ਤੌਰ 'ਤੇ ਗੁਲਾਮ ਹੋ ਜਾਂਦੇ ਲੋਕ ਕਿਉਂਕਿ ਉਹਨਾਂ ਦਾ ਇੰਟਰਨੈਟ ਬੜਾ ਕੰਟਰੋਲ 'ਚ ਰੱਖਿਆ ਹੋਇਆ, ਸਾਰਿਆਂ ਨੂੰ ਵਾਚ ਕਰਦੇ ਆ, ਸਾਰਿਆਂ ਦੇ ਫੋਨ ਹੈ ਜੇ ਕਿਵੇਂ ਹੈ, ਉਹ ਇਸ ਕਰਕੇ ਉਹ ਬਿਲਕੁਲ ਆਪਣੇ ਉਹਨੂੰ ਪ੍ਰੋਗਰੈਸ ਨਹੀਂ ਕਰ ਸਕਦੇ ਹੋਰ ਇਨਫੋਰਮੇਸ਼ਨ ਲੈ ਕੇ ਜਾਂ ਬਾਹਰਲੇ ਮੁਲਕਾਂ ਨਾਲ ਜਾਂ ਬਾਹਰਲੀ ਸੁਸਾਇਟੀ ਨਾਲ ਕੰਟੈਕਟ ਕਰਕੇ। ਇਸ ਕਰਕੇ ਉਹ ਜਿਹੜਾ ਆਪਣਾ ਸਿਸਟਮ ਹੈ ਜਿਹੜਾ ਡੈਮੋਕ੍ਰੈਟਿਕ ਸਿਸਟਮ ਹੈ ਇਹਦੇ ਵਿੱਚ ਭਾਵੇਂ ਜਿਵੇਂ ਮਰਜ਼ੀ ਹੋਵੇ, ਹੁਣ ਇੰਡੀਆ ਵਿੱਚ ਵੀ ਦੇਖੋ ਤੁਸੀਂ ਲਾ ਲਓ ਆਪਾਂ ਉੱਧਰ ਵੀ ਆਪਾਂ ਜਾਣਾ, ਉਹ ਭਾਵੇਂ ਉਹ ਜਿੰਨੇ ਮਰਜ਼ੀ ਤਕੜੇ ਬੰਦੇ ਨੇ ਜਿਹੜੇ ਮਰਜ਼ੀ ਪੈਸੇ ਵਾਲੇ ਬੰਦੇ ਨੇ, ਪਰ ਜਦੋਂ ਵੈਨ ਇਟ ਕਮਸ ਟੂ ਵੋਟ ਐਂਡ ਪੋਲਿੰਗ ਸਟੇਸ਼ਨ ਉਹ ਜਿਹੜਾ ਇੱਕ ਗਰੀਬ ਬੰਦਾ ਹੈਗਾ ਹੀ ਫੀਲ ਸੋ ਇੰਪਾਵਰਡ, ਪਰ ਉਹਨੂੰ ਉਹ ਜਿਹੜੇ ਲੀਡਰ ਚਾਹੀਦੇ ਉਹ ਜਿਹੇ ਉਹਨਾਂ ਨੂੰ ਮਹਿਸੂਸ ਕਰਾਉਣ ਵਾਸਤੇ ਵੀ ਯੂ ਆਰ ਸੋ ਪਾਵਰਫੁਲ, ਯੂ ਆਰ ਦਾ ਓਨਲੀ ਵਨ ਹੂ ਕੈਨ ਚੇਂਜ ਦਿਸ ਥਿੰਗ, ਹੈ ਨਾ, ਅਸੀਂ ਤਾਂ ਤੁਹਾਨੂੰ ਇਨਕਰੇਜ ਕਰ ਸਕਦੇ ਹਾਂ। ਇੱਥੇ ਚੇਂਜ ਲਿਆਂ ਦੀ ਜਾ ਸਕਦੀ ਹੈ ਜੇ ਤੁਸੀਂ ਇੱਕ ਵਾਰੀ ਪਤਾ ਲੱਗ ਜਾਵੇ ਜਿਹੜੀ ਇਸਟੈਬਲਿਸ਼ਮੈਂਟ ਜਿਹੜੀ ਹੈਗੀ ਆ ਇੰਨੀ ਸਟਰੋਂਗ ਹੋ ਗਈ ਕਿ ਹੁਣ ਉਹ ਜਿਹੜੇ ਉਹ ਆਪਣੀ ਜਿਹੜੀ ਉਹਨਾਂ ਨੂੰ ਫਰੀਡਮ ਦਿੱਤੀ ਹੋਈ ਹੈ ਸਿਸਟਮ ਨੇ ਉਸ ਫਰੀਡਮ ਨੂੰ ਅਬਿਊਜ਼ ਕਰਨ ਲੱਗ ਗਏ ਨੇ ਅਤੇ ਇੱਕ ਨੋਰਮਲ ਬੰਦੇ ਦਾ ਗਲਾ ਘੁੱਟਣ ਲੱਗ ਗਏ ਨੇ ਅਤੇ ਉਹਨਾਂ ਨੂੰ ਪਿੱਛੇ ਖਿੱਚਿਆ ਜਾ ਸਕਦਾ। ਇਸ ਕਰਕੇ ਇਹ ਸਭ ਤੋਂ ਵੱਡਾ ਇੱਕ ਐਡਵਾਂਟੇਜ ਹੈਗਾ ਇਸ ਦਾ। ਧਾਰੀਵਾਲ ਸਾਹਿਬ, ਜਿਹੜੇ ਡੈਮੋਕ੍ਰੇਸੀ ਜਾਂ ਇਸ ਸਿਸਟਮ ਦੇ ਜਿਹੜੇ ਕ੍ਰਿਟਿਕ ਨੇ
ਉਹ ਕਿਤੇ ਨਾ ਕਿਤੇ ਸੋਚਦੇ ਨੇ ਕਿ ਇਹ ਸਿਸਟਮ ਜਿਹੜਾ ਜਿਵੇਂ ਤੁਸੀਂ ਇਸ਼ਾਰਾ ਕੀਤਾ ਵੀ ਆ ਕਿ ਲੁਕਵੇਂ ਢੰਗ ਨਾਲ ਕੁਝ ਚੀਜ਼ਾਂ ਚੱਲਦੀਆਂ ਨੇ ਜਿਹੜੀਆਂ ਆਮ ਵਿਅਕਤੀ ਨੂੰ ਇਹ ਤਾਂ ਲੱਗਦਾ ਕਿ ਮੈਂ ਵੋਟ ਰਹਾ ਮੈਂ ਚੇਂਜ ਕਰ ਦਾਂਗਾ, ਪਰ ਬਹੁਤ ਕੁਝ ਇਸ ਤਰ੍ਹਾਂ ਚੱਲ ਰਿਹਾ ਹੁੰਦਾ ਜਿਹਦੇ ਉੱਤੇ ਆਮ ਵਿਅਕਤੀ ਦਾ ਕੰਟਰੋਲ ਨਹੀਂ ਹੁੰਦਾ। ਈਵਨ ਦੋ ਕਿ ਜਿਹੜੀਆਂ ਸਰਕਾਰਾਂ ਵੀ ਚੱਲਦੀਆਂ ਨੇ ਉਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਕਾਰਪੋਰੇਟ ਘਰਾਣੇ ਨੇ ਪਿੱਛੋਂ ਉਹੀ ਪੁਸ਼ ਕਰਦੇ ਨੇ, ਉਹਨਾਂ ਦੇ ਮੁਤਾਬਕ ਹੀ ਪਾਲਸੀਆਂ ਬਣਦੀਆਂ ਨੇ, ਉਹੀ ਸਾਰਾ ਕੁਝ ਰਨ ਕਰ ਰਹੇ ਹੁੰਦੇ ਨੇ, ਇਹ ਜਿਹੜੇ ਲੀਡਰ ਹੁੰਦੇ ਨੇ ਸਿਰਫ ਮੁਖੌਟੇ ਹੀ ਹੁੰਦੇ ਨੇ ਥੋੜ੍ਹੇ ਬਹੁਤੇ ਫਰਕ ਨਾਲ। ਦੂਜੇ ਪਾਸੇ ਆਪਾਂ ਇਹ ਕਹਿ ਦਿੰਦੇ ਹਾਂ ਕਿ ਜਿਹੜਾ ਡੈਮੋਕ੍ਰੈਟਿਕ ਸਿਸਟਮ ਹੈ ਜਾਂ ਜਿਹੜੇ ਸਿਸਟਮ 'ਚ ਆਪਾਂ ਰਹਿ ਰਹੇ ਹਾਂ ਇਹ ਪ੍ਰੋ ਪੀਪਲ ਸਿਸਟਮ ਹੈ, ਜਿਵੇਂ ਆਪਾਂ ਹੁਣੇ ਗੱਲ ਕੀਤੀ ਹੈ ਕਿ ਉਹਨਾਂ ਦਾ ਮਾਇੰਡ ਵੀ ਡਿਵੈਲਪ ਨਹੀਂ ਹੋਣ ਦਿੱਤਾ ਜਾਂਦਾ, ਡਿਕਟੇਟਰਸ਼ਿਪ ਇਸ ਤਰੀਕੇ ਨਾਲ ਉਹਨਾਂ 'ਤੇ ਇੰਪੋਜ਼ ਕੀਤੀ ਜਾਂਦੀ ਹੈ ਕਿ ਉਹ ਲੋਕ ਜਿਹੜੇ ਆ ਉਹਨਾਂ ਦੀ ਸੋਚਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ, ਉਹਨਾਂ ਨੂੰ ਦਬਾ ਕੇ ਰੱਖਿਆ ਜਾਂਦਾ। ਪਰ ਇਸ ਸਿਸਟਮ ਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਕਦੇ ਨਾ ਕਦੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਜਿਸ ਤਰ੍ਹਾਂ ਮਿਸਾਲ ਦੇ ਵਜੋਂ ਇੱਕ ਸਭ ਤੋਂ ਵੱਡੀ ਆਪਾਂ ਗੱਲ ਕਰਦੇ ਹਾਂ ਹਥਿਆਰਾਂ ਦੀ, ਫਿਰ ਆਪਾਂ ਕਰਦੇ ਹਾਂ ਜਿਹੜਾ ਡਰੱਗ ਦਾ ਜਾਂ ਜਿਹੜੀ ਆ ਮੈਡੀਸਨ ਆ ਇਹਦਾ ਇੱਕ ਬੜਾ ਵੱਡਾ ਮਾਫੀਆ। ਬਹੁਤ ਸਾਰੀਆਂ ਕਹਿ ਜਾਂਦਾ ਹੈ ਕਿ ਉਹਦੀਆਂ ਰਿਸਰਚ ਹੋ ਚੁੱਕੀਆਂ ਨੇ, ਜਿੱਦਾਂ ਸਟੈਮ ਸੈੱਲ ਆ ਜਾਂ ਕੁਝ ਹੋਰ ਰਿਸਰਚ ਹੋਈਆਂ ਨੇ ਜਿਹੜੀਆਂ ਆਮ ਲੋਕਾਂ ਨੂੰ ਜੇ ਉਹ ਪ੍ਰੋਵਾਈਡ ਕਰ ਦਿੱਤੀਆਂ ਜਾਣ ਤਾਂ ਬਹੁਤ ਜ਼ਿੰਦਗੀ ਹੋਰ ਸੁਖਾਲੀ ਹੋ ਸਕਦੀ ਆ। ਪਰ ਜ਼ਿੰਦਗੀ ਦੀ ਕੋਸਟ ਦੇ ਉੱਤੇ ਉਹ ਚੀਜ਼ਾਂ ਨੂੰ ਅਜੇ ਇਹ ਪਾਪੂਲਰ ਨਹੀਂ ਹੋਣ ਦਿੱਤਾ ਜਾਂਦਾ, ਬਾਜ਼ਾਰ 'ਚ ਨਹੀਂ ਆਉਣ ਦਿੱਤਾ ਜਾਂਦਾ, ਕਿਉਂਕਿ ਜਿਹੜੀਆਂ ਮੈਡੀਸਨ ਵਿਕ ਰਹੀਆਂ ਨੇ ਉਹ ਜਿਹੜੀਆਂ ਖਤਮ ਹੋ ਜਾਣੀਆਂ ਨੇ। ਜਿਹੜਾ ਮਾਫੀਆ ਆ ਵੱਡਾ ਇਹ ਡਰੱਗ ਵੇਚਣ ਵਾਲਾ ਜਾਂ ਡਰੱਗ ਦਾ ਮਤਲਬ ਨਸ਼ਾ ਨਹੀਂ, ਇਹ ਜਿਹੜੀ ਮੈਡੀਸਨ ਦੀ ਗੱਲ ਕਰ ਰਹੇ ਹਾਂ ਆਪਾਂ, ਅਤੇ ਉਹ ਕਿਹਾ ਜਾਂਦਾ ਹੈ ਕਿ ਪਹਿਲਾਂ ਇਹ ਬਿਮਾਰੀ ਖੁਦ ਹੀ ਫੈਲਾਉਂਦੇ ਨੇ, ਵਾਇਰਸ ਬਣਾਉਂਦੇ ਨੇ, ਫਿਰ ਉਹਦੀ ਦਵਾਈ ਲੱਭਦੇ ਨੇ, ਆਪਣਾ ਮੁਨਾਫਾ ਕੱਢਣ ਲਈ ਉਹ ਮਨੁੱਖ ਨੂੰ ਵੀ ਹਥਿਆਰ ਵਜੋਂ ਵਰਤਦੇ ਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਸੱਚਮੁੱਚ ਹੁਣ ਕਹਿੰਦੇ ਸ਼ੂਗਰ ਦੀ ਜਿਹੜੇ ਇਲਾਜ ਹੈ ਉਹ 5 ਤੋਂ 7 ਸਾਲ ਪਹਿਲਾਂ ਦਾ ਪਰਫੈਕਟ ਲੱਭਿਆ ਹੋਇਆ, ਪਰ ਉਹ ਪਬਲਿਕ ਨਹੀਂ ਹੋਣ ਦਿੱਤਾ ਜਾ ਰਿਹਾ ਕਿਉਂਕਿ ਮੈਡੀਸਨ ਵਿਕਣੀ ਬੰਦ। ਕੋਈ ਗੱਲ ਇਹਦੇ ਨਾ ਇਹਦੇ 'ਚ ਗੱਲ ਇਹ ਹੈ ਵੀ ਜਦੋਂ ਕੋਈ ਇੰਡਸਟਰੀ ਕ੍ਰੀਏਟ ਹੋ ਗਈ ਉਹਦੇ ਇੰਡਸਟਰੀ ਦੇ ਨਾਲ ਜੋਬਸ ਰਿਲੇਟਡ ਨੇ। ਹੁਣ ਤੁਸੀਂ ਇੱਕ ਬੜੀ ਸਿੰਪਲ ਐਗਜ਼ਾਮਪਲ ਲੈ ਲਓ, ਕਣਕ ਦੀ ਲੈ ਲਓ ਜਾਂ ਦੁੱਧ ਦੀ ਲੈ ਲਓ ਐਗਜ਼ਾਮਪਲ। ਹੁਣ ਦੁੱਧ ਜਿਹੜੇ ਦੇਣ ਵਾਲੇ ਜਾਨਵਰ ਵੀ ਨੇ ਉਹਨਾਂ ਦੇ ਬੱਚੇ ਵੀ ਜਿਹੜੇ ਆ ਸਾਰੀ ਉਮਰ ਥੋੜ੍ਹਾ ਦੁੱਧ ਪੀਂਦੇ, ਇੱਕ ਇਨਸਾਨ ਹੀ ਐਸਾ ਜਿਹੜਾ ਕਿ ਸਾਰੀ ਉਮਰ ਦੁੱਧ ਪੀਂਦਾ ਜੀ, ਹਨਾ, ਹਾਲਾਂਕਿ ਉਹਨੂੰ ਉਦੋਂ ਬਾਅਦ ਕੋਈ ਲੋੜ ਨਹੀਂ ਹੈ ਕਿਉਂਕਿ ਉਹ ਅਸੀਂ ਇੱਕ ਡਾਇਰੀ ਜਿਹੜੀ ਡਾਇਰੀ ਹੈਗੀ ਆ ਇਹ ਇੰਡਸਟਰੀ ਕ੍ਰੀਏਟ ਹੋ ਗਈ ਹੈ। ਉਹ ਜਿਹੜੀ ਇੰਡਸਟਰੀ ਕ੍ਰੀਏਟ ਹੋ ਗਈ ਜਿਹੜੀ ਏਡੀ ਵੱਡੀ ਤਾਂ ਉਹਨੂੰ ਹੁਣ ਅਸੀਂ ਕਿਵੇਂ ਡਿਸਮੈਂਟਲ ਕਰ ਸਕਦੇ ਹਾਂ, ਹਨਾ। ਤੋ ਇਸ ਕਰਕੇ ਇਹ ਜਿਹੜਾ ਕੈਪੀਟਲਿਜ਼ਮ ਹੈਗਾ ਇਹਦੇ ਵਿੱਚ ਆਪਣੇ ਇਹੋ ਜਿਹੀ ਚੀਜ਼ਾਂ ਦੇ ਫਲਾਅ ਨੇ ਕਿ ਕਾਫੀ ਇਨਫੋਰਮੇਸ਼ਨ ਜਿਹੜੀ ਹੈ ਉਹ ਇਸ ਕਰਕੇ ਅੰਦਰ ਖਾਤੇ ਰੱਖੀ ਜਾਂਦੀ ਹੈ ਕਿ ਉਹਦੇ ਨਾਲ ਵੱਡੀਆਂ ਕਾਰਪੋਰੇਸ਼ਨ ਨੂੰ ਨੁਕਸਾਨ ਹੋ ਸਕਦਾ, ਬੰਦਿਆਂ ਦੀ ਭਾਵੇਂ ਸਿਹਤ ਅੱਛੀ ਹੋ ਸਕਦੀ ਹੈ ਪਰ ਉਹ ਜਿਹੜਾ ਉਹਦੇ ਵਿੱਚ ਫਾਈਨੈਂਸ਼ੀਅਲ ਉਹਨਾਂ ਨੂੰ ਬਹੁਤ ਨੁਕਸਾਨ ਹੋ ਸਕਦਾ। ਇਸ ਕਰਕੇ ਉਹ ਇਨਫੋਰਮੇਸ਼ਨ ਉਹ ਜਿਹੜੀ ਆ ਆਪਣੀ ਮਰਜ਼ੀ ਦੇ ਨਾਲ ਰਿਲੀਜ਼ ਕਰਨਗੇ ਜਿੰਨੀ ਕੁ ਉਹ ਹੈਂਡਲ ਕਰ ਸਕਦੇ। ਫਿਰ ਧੰਨਵਾਦ ਸਾਹਿਬ, ਜਿਹੜੀ ਆਪਾਂ ਪਹਿਲਾਂ ਸਟੇਟਮੈਂਟ ਕਹਿ ਰਹੇ ਹਾਂ ਕਿ ਇਸ ਸਿਸਟਮ ਦੇ ਵਿੱਚ ਜਿਹੜਾ ਇੱਕ ਆਮ ਵੋਟਰ ਹੈ ਉਹ ਇੰਪਾਵਰ ਹੈ, ਬੜਾ ਪਾਵਰਫੁੱਲ ਹੈ, ਉਹ ਗੱਲ ਕਿਤੇ ਨਾ ਕਿਤੇ ਮੈਨੂੰ ਲੱਗਦੀ ਆ ਉਹ ਫਲੋਪ ਹੁੰਦੀ ਨਜ਼ਰ ਆਉਂਦੀ ਆ ਉਹ ਕਿਤੇ ਨਾ ਕਿਤੇ। ਦੇਖੋ ਮੇਰੇ ਵਾਸਤੇ ਦੀ ਗੱਲ ਹੈ, ਮੈਨੂੰ ਮੇਰਾ ਸਿਸਟਮ ਨਹੀਂ ਕਹੂਗਾ ਵੀ ਤੂੰ ਦੁੱਧ ਪੀਣਾ ਜਾਂ ਆਟਾ ਖਾਣਾ ਜਾਂ ਖੰਡ ਖਾਣੀ ਹੈ, ਮੈਂ ਛੱਡ ਸਕਦਾ ਨਾ। ਉਹ ਬੰਦਾ ਐਜੂਕੇਸ਼ਨ ਜਦੋਂ ਹੈਗੀ ਹੈ ਵੀ ਮੈਨੂੰ ਦੁੱਧ ਹੀ ਨਹੀਂ ਨਹੀਂ, ਪਰ ਉੱਥੇ ਆਮ ਵਿਅਕਤੀ ਦੀ ਉੱਥੇ ਪਹੁੰਚਣੀ ਹੈ ਨਾ, ਜਿਹੜਾ ਕਾਰਪੋਰੇਟ ਜਿਸ ਤਰੀਕੇ ਨਾਲ ਚਲਾਉਂਦਾ ਹੈ ਦੁਨੀਆਦਾਰੀ, ਜਿਸ ਤਰੀਕੇ ਨਾਲ ਮੈਡੀਸਨ ਰਿਸਰਚ ਹੋ ਵੀ ਗਈ, ਸਾਇੰਟਿਸਟ ਨੇ ਆਪਣਾ ਕੰਮ ਕਰਤਾ, ਪ੍ਰੋ ਪੀਪਲ ਗੱਲ ਕਰਤੀ, ਪਰ ਜਿਹੜੀ ਇਹ ਇੰਡਸਟਰੀਲਿਸਟ ਨੇ ਇਹ ਘਰਾਣੇ ਨੇ ਇਹ ਬੇਸਿਕਲੀ ਪ੍ਰੋ ਪੀਪਲ ਨਹੀਂ ਹੈ, ਇਹਨਾਂ ਦਾ ਤਾਂ ਮੁਨਾਫਾ ਹੀ ਹੈ ਨਾ। ਦੇਖੋ ਹੁਣ ਜਿਹੜਾ ਸੋਸ਼ਲ ਮੀਡੀਆ ਹੈਗਾ, ਸੋਸ਼ਲ ਮੀਡੀਆ ਦੇ ਨਾਲ ਗੱਲ ਜਿਹੜੀ ਸਾਰਿਆਂ ਕੋਲ ਪਹੁੰਚ ਜਾਂਦੀ ਹੈ, ਉਸ ਗੱਲ ਤੇ ਅਸਰ ਕਰੇ ਨਾ ਕਰੇ। ਜੇ ਮੈਨੂੰ ਪਤਾ ਹੈ ਵੀ ਮੈਨੂੰ ਜਿਹੜੀ ਖੰਡ ਨੁਕਸਾਨ ਕਰਦੀ ਹੈ ਤੇ ਜੇ ਖਾਣਾ ਮੈਨੂੰ ਪਤਾ ਵੀ ਇਹ ਮੈਂ ਖਾਣਾ ਤੇ ਇਹ ਨੁਕਸਾਨਦੇਹ ਹੈ ਤਾਂ ਉਹ ਤਾਂ ਤੇਰਾ ਫਾਲਟ ਤਾਂ ਮੇਰਾ ਹੀ ਹੈ ਨਾ। ਨਹੀਂ ਨਹੀਂ ਨਹੀਂ, ਖੰਡ ਖਾਣ ਵਾਲੀ ਗੱਲ ਨਾ ਕਰੀਏ ਆਪਾਂ, ਮੈਂ ਜਿਹੜੀ ਗੱਲ ਤੁਹਾਨੂੰ ਲੈਣਾ ਚਾਹ ਰਿਹਾ ਜਿੱਦਾਂ ਕੁਝ ਮਤਲਬ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਜਿਹੜਾ ਇਹ ਮੌਜੂਦਾ ਵਿਵਸਥਾ ਆ ਡੈਮੋਕ੍ਰੈਟਿਕ ਸਿਸਟਮ ਆ ਇਹ ਪ੍ਰੋ ਪੀਪਲ ਹੈ, ਲੋਕ ਹਿੱਤੂ ਆ, ਪਰ ਮੈਂ ਇਹ ਕਹਿ ਰਿਹਾ ਕਿ ਲੋਕ ਹਿੱਤੂ ਨਹੀਂ ਹੈ, ਇਹਦੇ ਵਿੱਚ ਲੁਕਵੇਂ ਢੰਗ ਨਾਲ ਜਿਹੜੀ ਇੱਕ ਸਮਾਜ ਦਾ ਉਹ ਤਬਕਾ ਜਿਹੜਾ ਬਹੁਤ ਅਮੀਰ ਹੈ, ਰਿਚ ਹੈ, ਜਿਹੜਾ ਕਾਰਪੋਰੇਟ ਘਰਾਣੇ ਨੇ ਜਿਹੜੀ ਦੁਨੀਆ ਇਹ ਚਲਾਉਂਦੇ ਨੇ ਸਿਸਟਮ ਨੂੰ, ਉਹਨਾਂ ਦੇ ਫੇਵਰ 'ਚ ਕੰਮ ਕਰਦਾ, ਆਮ ਜਿਹੜਾ ਸਧਾਰਨ ਪਬਲਿਕ ਹੈ ਉਹਦੀ ਫੇਵਰ 'ਚ ਉਹਨਾਂ ਕੀ ਕੰਮ ਕਰਦਾ ਕਿ ਉਹਨੂੰ ਟੂਲ ਬਣਾ ਕੇ ਵਰਤਿਆ ਜਾਵੇ। ਠੀਕ ਹੈ, ਉਹ ਥੋੜ੍ਹੀ ਮੈਂ ਗੱਲ ਮੰਨਦਾ, ਪਰ ਪਬਲਿਕ ਕੋਲ ਆਪਸ਼ਨ ਹੈਗੀ ਹੈ ਕਿ ਜੇ ਉਸਨੂੰ ਉਹ ਉਹੋ ਜਿਹੇ ਲੀਡਰ ਪੈਦਾ ਕਰਨ ਜਿਹੜੇ ਉਹਨੂੰ ਚੇਂਜ ਕਰ ਸਕਦੇ ਆ, ਉਹ ਚੇਂਜ ਕਰ ਸਕਦੇ ਆ, ਕਿਉਂਕਿ ਉਹ ਜਿਹੜੀ ਉਹ ਜਿਹੜੀ ਵੋਟਿੰਗ ਸਿਸਟਮ ਹੈ ਉਹਦੇ ਵਿੱਚ ਉਹ ਜਿਹੜੇ ਉਹੋ ਜਿਹੇ ਮੁੱਦੇ ਉਠਾ ਸਕਦੇ ਨੇ। ਇੱਥੇ ਆਪਾਂ ਨੂੰ ਕੋਈ ਨਹੀਂ ਰੋਕਦਾ, ਕੋਈ ਮੁੱਦਾ ਹੈਗਾ ਤੁਸੀਂ ਜਿਹੜੀ ਫਾਰਮਾਸਿਟੀਕਲ ਕੰਪਨੀਆਂ ਦੇ ਅਗੇਂਸਟ ਕਰਦੇ ਹੋ, ਇਹਦੇ ਕਰਦੇ ਹੋ, ਜਿਹੜੇ ਆਪਣੇ ਇਨਵਾਇਰਮੈਂਟਲ ਹੈਗੇ ਉਹ ਕਰਦੇ ਹੋ, ਕਿੰਨਾ ਕੁਛ ਚੱਲਦਾ, ਪਾਈਪ ਲਾਈਨ ਵਗੈਰਾ ਦਾ ਹੈਗਾ, ਜੇ ਉਹ ਇੰਨੀ
ਉਹਦੇ ਉੱਤੇ ਇੰਨੀ ਉਹ ਇਨਵਾਇਰਮੈਂਟ ਦੇ ਇਸ਼ੂ ਨਾ ਹੋਣ ਜਿਹੇ ਨਾ ਹੋਣ ਜਿਵੇਂ ਉਹਨਾਂ ਨੇ ਹੁਣ ਪਾਈਪਲਾਈਨ ਜਦੋਂ ਅਪਰੂਵ ਕੀਤੀ ਹੈ ਤਾਂ 157 ਕੰਡੀਸ਼ਨ ਲਾਈਆਂ ਹੋਈਆਂ ਨੇ ਉਹ ਉਹਨਾਂ ਬੰਦਿਆਂ ਕਰਕੇ ਲਾਈਆਂ ਹੋਈਆਂ ਨੇ ਜਿਹੜੇ ਕਿ ਚਾਹੁੰਦੇ ਆ ਕਿ ਹਾਂ ਵੀ ਕਿਤੇ ਕਾਰਪੋਰੇਸ਼ਨ ਵਾਲੇ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਦੇ ਹੈਵ ਟੂ ਡਾਟ ਆਲ ਦੋਜ਼ ਡਾਟਸ ਹੈ ਨਾ ਅਤੇ ਇਹ ਫਿਰ ਉਹ ਜਿਹੜੀ ਆ ਪਾਈਪਲਾਈਨ ਵਗੈਰਾ ਆਪਣੇ ਬਣਾ ਸਕਦੇ ਨੇ ਸੋ ਜਿਹੜਾ ਜਿਹੜਾ ਡੈਮੋਕ੍ਰੇਸੀ ਦਾ ਇਹ ਫਾਇਦਾ ਕਿ ਜਿਹੜਾ ਤੁਸੀਂ ਜੇ ਤੁਹਾਨੂੰ ਥੋੜ੍ਹੀ ਅਵੇਅਰਨੈਸ ਹੈਗੀ ਹੈ ਲੋਕਾਂ ਨੂੰ ਤੁਸੀਂ ਐਜੂਕੇਟ ਕਰ ਸਕਦੇ ਹੋ ਉਸ ਪਰਟੀਕੁਲਰ ਤਾਂ ਫਿਰ ਉਹਦਾ ਮੁਕਾਬਲਾ ਕੀਤਾ ਜਾ ਸਕਦਾ ਜਿਹੜੀ ਤੁਸੀਂ ਸੋਚ ਦੀ ਗੱਲ ਕਰਦੇ ਹੋ ਜਿਹੜੀ ਕਿ ਅੰਦਰ ਖਾਤੇ ਜਾਂ ਕਿਵੇਂ ਆ ਉਹ ਲੋਕਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਆ ਜਾਂ ਨੁਕਸਾਨ ਦੇਣ ਦੀ ਕੋਸ਼ਿਸ਼ ਕਰਦੇ ਜਾਂ ਜਿਹੜੀ ਇਨਫੋਰਮੇਸ਼ਨ ਲੋਕਾਂ ਦੇ ਵਾਸਤੇ ਵਧੀਆ ਹੋ ਸਕਦੀ ਹੈ ਉਹਨੂੰ ਹੋਲਡ ਕਰਕੇ ਰੱਖਦੇ ਨੇ ਤਾਜਾ ਸਾਹਿਬ ਇੱਕ ਬ੍ਰੇਕ ਛੋਟਾ ਜਿਹਾ ਲੈ ਲਈਏ ਮੇਰੇ ਖਿਆਲ 'ਤੇ ਫਿਰ ਆਪਾਂ ਪਾਈਪਲਾਈਨ ਦੇ ਮੁੱਦੇ 'ਤੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਕਿ ਜਿਹੜਾ ਫਰਾਂਸ ਦੇ ਵਿੱਚ ਪੈਰਿਸ ਹੋਇਆ ਸੀ ਹੁਣੇ ਹੁਣੇ ਥੋੜ੍ਹੀ ਦੇਰ ਪਹਿਲਾਂ ਇਨਵਾਇਰਮੈਂਟ ਦੇ ਉੱਤੇ ਕਾਫੀ ਕੰਟਰੀਜ਼ ਦੁਨੀਆ ਭਰ ਦੇ ਵੱਡੇ ਮੁਲਕਾਂ ਨੇ ਇੱਕ ਸਹੀ ਪਾਈ ਸੀਗੀ ਉਹਦੇ ਤੋਂ ਥਿੜਕਣ ਦੀ ਥੋੜ੍ਹੀ ਜਿਹੀ ਗੱਲ ਨਜ਼ਰ ਆ ਰਹੀ ਹੈ ਬਹੁਤ ਸਾਰੇ ਲੋਕ ਉਹਨੂੰ ਕ੍ਰਿਟੀਸਾਈਜ਼ ਕਰ ਰਹੇ ਆ ਆਪਾਂ ਬ੍ਰੇਕ ਤੋਂ ਬਾਅਦ ਉੱਥੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਜੀ ਅਤੇ ਉਸ ਤੋਂ ਬਾਅਦ ਆਪਾਂ ਇਹ ਗੱਲਬਾਤ ਆਪਣੀ ਜਾਰੀ ਰੱਖਾਂਗੇ